ਮਾਨਯੋਗ ਸੀਐਮ ਸਾਹਿਬ ਨੇ ਜਿਹੜਾ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਸੰਪਰਕ ਦੇ ਨਾਮ ਤੋਂ, ਇਹ ਅੱਜ ਤੋਂ ਸ਼ੁਰੂ ਹੋਇਆ ਹੈਗਾ, ਜਿਹਦੇ ਵਿੱਚ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਇਹਨਾਂ ਦੇ ਲੀਡਰਸ਼ਿਪ ਦੇ ਅੰਡਰ ਅਸੀਂ ਇਹ ਇਨੀਸ਼ੀਏਟਿਵ ਅੱਜ ਤੋਂ ਸ਼ੁਰੂ ਕੀਤਾ ਹੈਗਾ। ਇਸ ਇਨੀਸ਼ੀਏਟਿਵ ਦੇ ਤਹਿਤ ਅਸੀਂ ਪਬਲਿਕ ਕੋਲ ਜਾ ਰਹੇ, ਜਨਤਾ ਕੋਲ ਜਾ ਰਹੇ ਅਤੇ ਉਹਨਾਂ ਤੋਂ ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਅਤੇ ਜਾਂ ਪਬਲਿਕ ਦੀ ਜਿਹੜੀ ਸਮੱਸਿਆਵਾਂ ਹੈਗੀ ਹੈ ਉਹਦੇ ਬਾਰੇ ਉਹਨਾਂ ਤੋਂ ਸਜੈਸ਼ਨਸ ਲੈ ਰਹੇ, ਫੀਡਬੈਕ ਲੈ ਰਹੇ ਕਿ ਇਸ ਕਾਰਗੁਜ਼ਾਰੀ ਨੂੰ ਹੋਰ ਕਿਸ ਤਰੀਕੇ ਨਾਲ ਅਸੀਂ ਵਧੀਆ ਬਣਾ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੀ ਸਮਾਜ ਦੇ ਵਿੱਚ ਸਮੱਸਿਆਵਾਂ ਹੈਗੀ ਹੈ, ਡਰੱਗਸ ਦੀ ਸਮੱਸਿਆ ਹੈਗੀ ਹੈ, ਉਸ ਤੋਂ ਇਲਾਵਾ ਪੁਲਿਸਿੰਗ ਦੇ ਨਾਲ ਰਿਲੇਟਡ ਕਾਫੀ ਸਜੈਸ਼ਨਸ ਅੱਜ ਇੱਥੇ ਜਨਤਾ ਨੇ ਸਾਡੇ ਨਾਲ ਸਾਂਝੇ ਕੀਤੇ। ਟ੍ਰੈਫਿਕ ਦੇ ਰਿਲੇਟਡ ਕਈ ਸਜੈਸ਼ਨਸ ਆਏ ਹੈਗੇ ਵੀ ਕਿਸ ਏਰੀਆ ਦੇ ਵਿੱਚ ਕਿਸ ਸਮੇਂ ਦੇ ਦੌਰਾਨ ਉਹਨਾਂ ਨੂੰ ਟ੍ਰੈਫਿਕ ਦੀ ਰੈਗੂਲੇਸ਼ਨ ਦੀ ਲੋੜ ਹੈਗੀ ਹੈ, ਕਿਤੇ ਪਾਰਕਿੰਗ ਦੀ ਸਮੱਸਿਆ ਹੈਗੀ ਹੈ, ਕਿੱਥੇ ਐਕਸੀਡੈਂਟਸ ਜ਼ਿਆਦਾ ਹੋ ਰਹੇ ਨੇ ਉਹਦੇ ਬਾਰੇ ਕਾਫੀ ਸਜੈਸ਼ਨਸ ਆਏ ਹੈਗੇ। CCTV ਕੈਮਰਾਜ਼ ਲਾਉਣ ਬਾਰੇ ਕਾਫੀ ਪਬਲਿਕ ਨੇ ਸਜੈਸ਼ਨਸ ਸਾਡੇ ਨਾਲ ਸਾਂਝੇ ਕੀਤੇ ਹੈਗੇ, ਤਾਂ ਉਹ ਸਾਰੇ ਸਜੈਸ਼ਨਸ ਜਿਹੜੇ ਹੈਗੇ ਅਸੀਂ ਨੋਟ ਕਰ ਲਏ। ਇਹਦੇ ਉੱਤੇ ਹੁਣ ਅਸੀਂ ਇੱਕ ਐਕਸ਼ਨ ਪਲਾਨ ਬਣਾ ਕੇ ਅਗਲੇ 1-2 ਮਹੀਨੇ ਦੇ ਵਿੱਚ ਇਹਦੇ 'ਤੇ ਇੱਕ ਟਾਰਗੇਟਡ ਵੇ ਨਾਲ ਇਹਦੇ 'ਤੇ ਕੰਮ ਕਰਾਂਗੇ ਅਤੇ ਇਹਨਾਂ ਨੂੰ ਉਸ ਟਾਰਗੇਟਡ ਵੇ ਨਾਲ ਕੰਮ ਕਰਕੇ ਜਿਹੜਾ ਹੈਗਾ ਪੁਲਿਸਿੰਗ ਦਾ ਮਿਆਰ ਅਸੀਂ ਉੱਚਾ ਚੁੱਕਣ ਦੀ ਸਾਡਾ ਮੰਤਵ ਹੈਗਾ। ਸਾਡਾ ਉਦੇਸ਼ ਇਹੀ ਹੈ ਕਿ ਇੱਕ ਬੈਟਰ ਪੁਲਿਸਿੰਗ ਅਸੀਂ ਪਬਲਿਕ ਨੂੰ ਦੇਈਏ, ਉਹਨਾਂ ਨੂੰ ਹੁਣ ਇਸ ਵੇਲੇ ਐਗਜੈਕਟਲੀ ਜਿਹੜੀ ਉਹਨਾਂ ਦੀ ਨੀਡ ਹੈਗੀ ਹੈ, ਜਿਸ ਤਰੀਕੇ ਦੀ ਉਹਨਾਂ ਦੀ ਸਮੱਸਿਆ ਹੈਗੀ ਹੈ, ਉਹਨਾਂ ਦਾ ਐਗਜੈਕਟ ਹੱਲ ਕੱਢ ਕੇ ਅਸੀਂ ਉਹਨਾਂ ਨੂੰ ਦੇਖੀਏ। ਮੈਮ, ਜਿਸ ਤਰੀਕੇ ਨਾਲ ਰਾਦਰ ਪਬਲਿਕ ਨੇ ਤਾਂ ਕਿਹਾ ਹੈ ਕਿ ਡਰੱਗਸ ਉੱਤੇ ਬਹੁਤ ਵਧੀਆ ਕੰਮ ਪੰਜਾਬ ਪੁਲਿਸ ਕਰ ਰਹੀ ਹੈਗੀ ਹੈ, ਉਹਨਾਂ ਨੇ ਜਿਹੜੀ ਫੀਡਬੈਕ ਹੁਣ ਤੱਕ ਸਾਂਝੀ ਕੀਤੀ ਹੈ ਉਹਦੇ ਉੱਤੇ ਐਕਸ਼ਨ ਪੰਜਾਬ ਪੁਲਿਸ ਨੇ ਲਿਆ ਹੈ, ਇਹ ਉਹਨਾਂ ਨੇ ਕਿਹਾ ਹੈਗਾ। ਅਤੇ ਉਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਸਜੈਸ਼ਨ ਜਿਹੜਾ ਸਾਨੂੰ ਦਿੱਤਾ ਹੈ ਕਿ ਗੇਮਸ ਅਤੇ ਸਪੋਰਟਸ ਦੇ ਨਾਲ ਪੁਲਿਸ ਆਫਿਸਰਸ ਨੂੰ ਜੁੜਨਾ ਚਾਹੀਦਾ ਹੈ, ਜਿਵੇਂ ਕਿ ਇੱਥੇ ਵੱਖੋ ਵੱਖਰੇ ਸਪੋਰਟਸ ਕਲੱਬ ਕਾਫੀ ਵੱਡੇ ਪੈਮਾਨੇ ਦੇ ਉੱਤੇ ਕਾਰਜਰਤ ਹੈਗੇ ਹੈ, ਤਾਂ ਉਹ ਕਹਿ ਰਹੇ ਹੈਗੇ ਕਿ ਪੁਲਿਸ ਆਫਿਸਰਸ ਉੱਥੇ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ, ਉਹਨਾਂ ਦੇ ਨਾਲ ਜੁੜਨ, ਉਹਦੇ ਨਾਲ ਬੱਚਿਆਂ ਦਾ ਹੌਸਲਾ ਵਧੂਗਾ ਅਤੇ ਉਹਨਾਂ ਨੂੰ ਲੱਗੇਗਾ ਕਿ ਸਪੋਰਟਸ ਦੇ ਵਿੱਚ ਹੋਰ ਵੱਧ ਚੜ੍ਹ ਕੇ ਹਿੱਸੇਦਾਰੀ ਪਾਉਣੀ ਚਾਹੀਦੀ ਹੈ। ਸੋ ਇਹ ਸਭ ਤੋਂ ਵੱਡਾ ਸਜੈਸ਼ਨ ਇਸ ਵੇਲੇ ਉਭਰ ਕੇ ਸਾਹਮਣੇ ਆਇਆ ਹੈਗਾ ਅਤੇ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ ਹੈ। ਜਿਹੜੀ ਖੇੜਾ ਵਤਨ ਪੰਜਾਬ ਦੀ ਆ ਹੋਈ ਸੀਗੀ ਉਹਦੀ ਬਹੁਤ ਤਾਰੀਫ ਉਹਨਾਂ ਨੇ ਇੱਥੇ ਕੀਤੀ ਹੈਗੀ ਹੈ, ਅਤੇ ਇਸ ਤਰੀਕੇ ਦੇ ਇਨੀਸ਼ੀਏਟਿਵਸ ਅਸੀਂ ਹੁਣ ਲਵਾਂਗੇ ਅਤੇ ਇਸ ਮੁਹਿੰਮ ਨੂੰ ਅੱਗੇ ਹੋਰ ਲੈ ਕੇ ਜਾਵਾਂਗੇ।